ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਇਸ ਵਕਤ ਅਸੀਂ ਲੁਧਿਆਣੇ ਦੇ ਸ਼ਿਮਲਾਪੁਰੀ ਇਲਾਕੇ ਦੇ ਵਿੱਚ ਖੜ੍ਹੇ ਹਾਂ ਬਚਨ ਗੈਸ ਏਜੰਸੀ, ਜੋ ਕਿ DSP ਵਡੇਰਾ ਸਾਹਿਬ ਵੱਲੋਂ ਜੋ ਕਿ ਗਰੀਬ ਪਰਿਵਾਰਾਂ ਦੇ ਘਰ ਵਿੱਚ ਲੰਗਰ ਮੁਹੱਈਆ ਕਰਵਾਇਆ ਜਾ ਰਿਹਾ ਵਾ, ਆਓ ਆਪਾਂ ਵਡੇਰਾ ਸਾਹਿਬ ਨਾਲ ਗੱਲ ਕਰਦੇ ਹਾਂ। ਵਡੇਰਾ ਸਾਹਿਬ, ਜਿਹੜਾ ਜਿਹੜਾ ਗਰੀਬ ਪਰਿਵਾਰਾਂ ਦੇ ਘਰ ਵਿੱਚ ਲੰਗਰ ਮੁਹੱਈਆ ਕਰਵਾਇਆ ਜਾ ਰਿਹਾ, ਅਤੇ ਮੇਰਾ ਤੁਹਾਨੂੰ ਇਹ ਸੁਜੈਸ਼ਨ ਹੈ ਕਿ ਗਰੀਬ ਪਰਿਵਾਰ ਨੇ ਆਪਾਂ ਕਹੀਏ, ਜਿਹੜੇ ਕੋਈ ਲੋੜਵੰਦ ਹੈ, ਜਿਨ੍ਹਾਂ ਦੇ ਕੋਲ ਨਹੀਂ ਕੋਈ ਸਾਧਨ ਹੈ, ਅਸੀਂ ਉਹਨਾਂ ਦੀ ਇਹ ਮਦਦ ਇਸ ਕਰਕੇ ਕਰ ਰਹੇ ਵੀ ਉਹਨਾਂ ਨੂੰ ਸਮਝ ਆ ਗਿਆ ਵੀ ਸਾਡਾ ਇੱਥੋਂ ਦਾ ਸਮਾਜ ਉਹਨਾਂ ਦੇ ਨਾਲ ਖੜ੍ਹਾ ਹੈ। ਪੁਲਿਸ ਪ੍ਰਸ਼ਾਸਨ, ਮਹਾਂਦੇਵ ਸਿੱਟੀ ਸਾਹਿਬ, ਅਗਰਵਾਲ ਸਾਹਿਬ, ਸਾਡੇ ਸ਼੍ਰੀ ਅਗਰਵਾਲ ਜੀ IPS ਹੈ, ਉਹਨਾਂ ਦੀ ਹਦਾਇਤਾਂ ਮੁਤਾਬਕ ਕੋਈ ਵੀ ਲੇਬਰ ਜਿਹੜੀ ਡੇਲੀ ਵੇਜਿਸ ਵਾਲੀ ਹੈਗੀ ਉਹ ਵਾਪਸ ਨਹੀਂ ਜਾਣੀ ਚਾਹੀਦੀ, ਉਹਨਾਂ ਨੇ ਹੋਰ ਵੀ ਸਾਨੂੰ ਖਾਣਾ ਹੁੰਦਾ। ਇਹ ਸਾਡੇ ਸਮਾਜ ਸੇਵੀ ਸੰਗਠਨ ਰਾਮਪਾਲ ਜੀ, ਇਹਨਾਂ ਵੱਲੋਂ ਇਹ ਆਮ ਜਨਤਾ ਲਈ ਇੱਥੇ ਕਿਚਨ ਦਾ ਪ੍ਰਬੰਧ ਕੱਲ੍ਹ ਤੋਂ ਕੀਤਾ ਜਾ ਰਿਹਾ, ਅੱਜ ਇਹ ਉੱਥੇ ਮਿਲਾ ਕੇ ਲੈ ਕੇ ਆਇਆ, ਕੱਲ੍ਹ ਤੋਂ ਇੱਥੇ ਕਿਚਨ ਦਾ ਪ੍ਰਬੰਧ ਕਰਕੇ ਇੱਥੇ ਪੱਕੇ ਤੌਰ ਦੇ ਉੱਤੇ ਜੀ ਸਾਫ਼ ਸੁਥਰਾ ਖਾਣਾ ਪਾ ਕੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਖਾਣੇ ਤੋਂ ਇਸ ਗੱਲ ਨੂੰ ਧਿਆਨ 'ਚ ਰੱਖਦੇ ਹਾਂ। ਸਾਰੇ ਦੋਵੇਂ ਟਾਈਮ ਖਾਣਾ ਮਿਲੇਗਾ ਜਾਂ ਇੱਕ ਟਾਈਮ ਮਿਲੇਗਾ ਜੀ? ਇਹ ਕੋਸ਼ਿਸ਼ ਤਾਂ ਇਹੀ ਹੈ ਜੀ, ਸੁਬਹਾ ਉਹ ਸ਼ਾਮ ਦੋਵੇਂ ਟਾਈਮ। SHO ਸਾਹਿਬ ਦੇ ਨਾਲ ਮੈਡਮ ਜੀ, ਜਿਹੜਾ ਤੁਸੀਂ ਅੱਜ ਇੱਥੇ ਰਾਸ਼ਨ ਮੁਹੱਈਆ ਗਰੀਬਾਂ ਨੂੰ ਕਰਵਾ ਰਹੇ ਹੋ, ਇਸ ਬਾਰੇ ਦੱਸੋਗੇ ਜੀ? ਸਰ, ਇਹਦੇ ਵਿੱਚ ਜਿਸ ਤਰ੍ਹਾਂ ਆਪਣੇ ਕੋਲ ਕਰੋਨਾ ਵਾਇਰਸ ਕਰਕੇ ਹੈ ਨਾ, ਜਿਹੜੀ ਲੇਬਰ ਹੈਗੀ ਹੈ ਵਿਚਾਰੀ, ਗਰੀਬ ਲੋਕ ਹੈਗੇ ਨੇ, ਉਹ ਖਾਣਾ ਨਹੀਂ ਖਾ ਪਾ ਰਹੇ ਹੈਗੇ, ਜਿਹਨਾਂ ਕੋਲ ਜਿਹੜੇ ਦਿਹਾੜੀਦਾਰ ਲੋਕ ਹੈਗੇ ਨੇ, ਰੋਜ਼ ਡੇਲੀ ਵੇਜਿਸ ਵਾਲੇ ਕੰਮ ਕਰਕੇ ਖਾਂਦੇ ਸੀਗੇ, ਇਹਨਾਂ ਵਾਸਤੇ ਆਪਣੀ ਪੰਜਾਬ ਗੌਰਮੈਂਟ ਅਤੇ ਆਪਣੀ CP ਸਾਹਿਬ ਦੀ ਅਗਵਾਈ ਹੇਠ ਅਤੇ ਸਾਡੀ CP ਸਾਹਿਬ ਅਤੇ SHO ਸਾਹਿਬ ਦੀ ਅਗਵਾਈ ਹੇਠ ਅਸੀਂ ਇਹਨਾਂ ਨੂੰ ਰਾਸ਼ਨ ਵਗੈਰਾ ਮੁਹੱਈਆ ਕਰਵਾ ਰਹੇ ਹੈਗੇ ਸਾਰਿਆਂ ਨੂੰ, ਜਿਹਨਾਂ ਨੂੰ ਫੂਡ ਇਹਨਾਂ ਤੱਕ ਪਹੁੰਚੇ, ਕੋਈ ਭੁੱਖਾ ਨਾ ਰਹੇ ਇਹਨਾਂ ਵਿੱਚ, ਅਤੇ ਸਾਰੇ ਲੋਕ ਮਤਲਬ ਰਾਤ ਨੂੰ ਖਾਣਾ ਖਾ ਕੇ ਸੌਣ, ਜੋ ਜਿੰਨੇ ਵੀ ਮਜ਼ਦੂਰ ਲੋਕ ਹੈਗੇ ਨੇ, ਸਪੈਸ਼ਲ ਜਿਹੜੇ ਪ੍ਰਵਾਸੀ ਲੋਕ ਹੈਗੇ ਨੇ, ਜਿਹੜੇ ਰੋਜ਼ ਵਿਚਾਰੇ ਜਾਂ ਤਾਂ ਲੇਬਰ ਦੀ ਤਰ੍ਹਾਂ ਕੰਮ ਕਰਦੇ ਸੀਗੇ, ਜਿਸ ਤਰ੍ਹਾਂ ਵੀ ਆਪਣੇ ਕੁਛ ਇਸ ਤਰ੍ਹਾਂ ਦੇ ਲੋਕ ਵੀ ਹੈਗੇ ਆ ਵਿਚਾਰਿਆਂ ਕੋਲ ਪੈਸਾ ਨਹੀਂ ਹੈਗਾ, ਮੈਡੀਸਨ ਤੋਂ ਵੀ ਆਤਰ ਨੇ, ਉਸਦੇ ਬਾਰੇ ਕੁਛ ਸਰਕਾਰ ਨੇ ਉਪਰਾਲੇ ਕੀਤੇ ਜੀ? ਹਾਂਜੀ ਸਰ, ਗੌਰਮੈਂਟ ਇਹਨਾਂ ਵਾਸਤੇ ਬਿਲਕੁਲ ਉਪਰਾਲੇ ਕਰ ਰਹੀ ਹੈਗੀ ਆ, ਅਤੇ ਜੇਕਰ ਕੋਈ ਕਿਸੇ ਨੂੰ ਪ੍ਰੋਬਲਮ ਆ ਰਹੀ ਹੈਗੀ ਆ ਤਾਂ ਉਹ ਸਾਨੂੰ ਕੰਟੈਕਟ ਕਰ ਸਕਦੇ ਹੈਗੇ ਨੇ, ਸਾਡੇ ਪੁਲਿਸ ਸਟੇਸ਼ਨ ਕਾਲ ਕਰ ਸਕਦੇ ਹੈਗੇ ਨੇ, ਅਸੀਂ ਉਹਨਾਂ ਦੀ ਪੂਰੀ ਪੂਰੀ ਹੈਲਪ ਕਰਾਂਗੇ ਕਰਵਾਉਣ ਦੇ ਵਿੱਚ, ਮੁਹੱਈਆ ਕਰਵਾਉਣ ਲਈ। ਮੈਡਮ, ਅੱਜ ਤੁਸੀਂ ਕਿੰਨਿਆਂ ਲੋਕਾਂ ਦੇ ਘਰ ਰਾਸ਼ਨ ਜੋ ਕਿ ਮੁਹੱਈਆ ਕਰਵਾ ਰਹੇ ਹੋ? ਸਰ, ਇਹ ਹੁਣ ਡਿਪੈਂਡ ਕਰਦਾ ਹੈਗਾ, ਜਿਸ ਤਰ੍ਹਾਂ ਹੁਣ ਅਸੀਂ ਏਰੀਆਸ ਚੈੱਕ ਕਰ ਰਹੇ ਹੈਗੇ ਹਾਂ, ਜਿੰਨੇ ਸਾਨੂੰ ਮਿਲੀ ਜਾ ਰਹੇ ਨੇ ਸਭ ਦੇ ਲਈ ਪ੍ਰੋਵਾਈਡ ਕਰਵਾ ਰਹੇ ਹਾਂ।